ਵੱਡੀ ਖਬਰ ਪਾਨਾ ਸਿੰਘ ਸਿੱਧੂ ਦੇ ਨਾਲ ਜੁੜੀ ਹੀ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਪਾਨਾ ਸਿੱਧੂ ਦੀ ਅੱਜ ਰਿਹਾਈ ਹੈ ਤੇ ਉਸ ਤੋਂ ਪਹਿਲਾਂ ਹੀ ਕਈ ਜੱਥਾ ਜਿਹੜਾ ਤਿਆਰ ਕੀਤਾ ਗਿਆ ਹੈ ਤੇ ਜਿਸ ਤੋਂ ਪਹਿਲਾਂ ਤਿਆਰੀਆਂ ਜਿਹੜੀਆਂ ਪਾਨਾ ਸਿੱਧੂ ਨੂੰ ਲੈ ਕੇ ਆਉਣ ਦੀਆਂ ਕਰੀਆਂ ਜਾ ਰਹੀਆਂ ਨੇ ਤੇ ਪੂਰੀ ਤਰ੍ਹਾਂ ਜਿਹੜੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੇ ਉੱਥੇ ਹੀ ਕੁਝ ਨੌਜਵਾਨਾਂ ਦੇ ਬਿਆਨ ਸਾਹਮਣੇ ਆਏ ਤੇ ਉਹਨਾਂ ਨੇ ਕਿਹਾ ਹੈ ਕਿ ਪਾਨਾ ਸਿੱਧੂ ਨੂੰ ਲੈ ਕੇ ਪ੍ਰਸ਼ਾਸਨ ਨੇ ਜਿਹੜੇ ਵਾਅਦਾ ਕੀਤਾ ਹੈ ਤੇ 10 ਤਰੀਕ ਨੂੰ ਕਿਹਾ ਕਿ ਅਸੀਂ ਪਾਨਾ ਸਿੱਧੂ ਨੂੰ ਰਿਹਾਅ ਕਰ ਦੇਵਾਂਗੇ ਤੇ ਜਿਹੜੀਆਂ ਤਿਆਰੀਆਂ ਨੇ ਉਹ ਪੂਰੀ ਤਰ੍ਹਾਂ ਕਰ ਲਈਆਂ ਗਈਆਂ ਨੇ ਤੇ ਉੱਥੇ ਹੀ ਕੀ ਕਹਿਣਾ ਹੈ ਨੌਜਵਾਨਾਂ ਦਾ ਸੁਣਦੇ ਆ। ਠੀਕ ਹੈ, ਅਸੀਂ ਕਾਨੂੰਨ ਤੋਂ ਬਾਹਰ ਹੁੰਦੇ ਨਹੀਂ। ਠੀਕ ਹੈ, ਨਾ ਕਾਨੂੰਨ ਤੋਂ ਬਾਹਰ ਹੋਈਏ ਤੇ ਕੱਲ ਨੂੰ ਆਹੀ ਟਰੈਕਟਰ ਤੇ ਬਾਈ ਨੂੰ ਬਿਠਾ ਕੇ ਲਿਆਉਣਾ, ਪਰਮਾਤਮਾ ਚੜ੍ਹਦੀ ਕਲਾ ਰੱਖੇ ਕੱਲ ਨੂੰ। ਤੇ ਜਥੇਦਾਰ ਸਾਹਿਬ ਨਾਲ ਮੈਂ ਜਥੇਦਾਰ ਸਾਹਿਬ ਤੁਹਾਨੂੰ ਇੱਕ ਦੋ ਚੀਜ਼ਾਂ ਪੁੱਛਦਾ। ਇੱਕ ਤਾਂ ਇਹ ਤਾਂ ਆਪਾਂ ਨੂੰ ਕਲੀਅਰ ਹੈ ਵੀ ਲਿਖਤੀ ਦੇ ਵਿੱਚ ਉਹਨਾਂ ਨੇ ਦਿੱਤਾ ਹੋਇਆ ਹੈ ਨਾ ਸਾਰਾ ਕੁਝ ਵੀ 10 ਤਰੀਕ ਨੂੰ ਭਾਨੇ ਸਿੱਧੂ ਨੂੰ ਰਿਹਾਅ ਕਰਨਾ ਤੇ ਹੁਣ ਤੁਹਾਡੀ ਕੋਈ ਇੱਕ ਦੋ ਦਿਨ ਜਾਂ 3 ਦਿਨਾਂ ਦੇ ਵਿੱਚ ਕੋਈ ਮੀਟਿੰਗ ਪ੍ਰਸ਼ਾਸਨ ਨਾਲ ਜਾਂ ਕੋਈ ਕਾਲ ਕੋਈ ਗੱਲਬਾਤ ਐਵੇਂ ਦੀ ਹੋਈ ਹੈ ਵੀ ਹਾਂ 10 ਤਰੀਕ ਨੂੰ ਭਾਨੇ ਸਿੱਧੂ ਨੂੰ 9 ਵਜੇ ਆਹ ਜਗ੍ਹਾ ਤੋਂ ਰਿਹਾਅ ਕਰਨਾ? ਤੁਸੀਂ ਤਾਂ ਤਿਆਰੀਆਂ ਸਾਰੀਆਂ ਆਹ ਕਰੀ ਬੈਠੇ ਹੋ ਨਾ, ਟਰੈਕਟਰ ਤਿਆਰ ਹੈ, ਬੰਦੇ ਤਿਆਰ ਨੇ, ਟਰਾਲੀਆਂ ਤਿਆਰ ਨੇ ਸਾਰੀਆਂ, ਤੇ ਲੋਕ ਜਿਹੜੇ ਉੱਥੇ ਬਾਈ ਨੂੰ ਮਿਲਣਾ ਚਾਹੁੰਦੇ ਨੇ, ਸਵਾਗਤ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਕੀ ਸਨੇਹ? ਦੇਖੋ ਗੱਲ ਹੈ ਜਿਹੜੀ ਤਾਂ ਮੀਟਿੰਗ ਦੀ ਗੱਲ ਕਰਦੇ ਹਾਂ, ਕੋਈ ਹੁਣ ਕੋਈ ਨਵੀਂ ਮੀਟਿੰਗ ਮੀਟਿੰਗ ਫਾਈਨਲ ਹੋਣ ਤੋਂ ਬਾਅਦ ਕੋਈ ਦੁਬਾਰੇ ਮੀਟਿੰਗ ਨਹੀਂ ਹੁੰਦੀ ਹੁੰਦੀ। 3 ਤਰੀਕ ਤੋਂ ਬਾਅਦ ਕੋਈ ਗੱਲਬਾਤ, ਕੋਈ ਮੀਟਿੰਗ ਨਹੀਂ। ਉਹਦੇ ਆਪਾਂ ਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਤਾ ਕਿ ਅਸੀਂ ਹਰ ਹਾਲਤ ਦੇ ਵਿੱਚ ਭਾਨੇ ਸਿੱਧੂ ਨੂੰ 10 ਤਰੀਕ ਨੂੰ ਰਿਹਾਅ ਕਰਾਂਗੇ। ਠੀਕ ਹੈ, ਉਹਨਾਂ ਨੇ ਪਟਿਆਲਾ ਜੇਲ੍ਹ ਦੇ ਵਿੱਚੋਂ ਕਿਹਾ ਕੋਈ ਸਮਾਂ ਦਿੱਤਾ ਸੀ ਉਸ ਦਿਨ ਵੀ 9 ਵਜੇ ਛੱਡਣਾ? ਸਮਾਂ ਉਹਨਾਂ ਨਹੀਂ ਦਿੱਤਾ ਕੋਈ, ਤਕਰੀਬਨ ਸਮਾਂ ਇਹ ਹੁੰਦਾ ਵੀ ਜਦੋਂ ਬੰਦਾ ਰਿਹਾਅ ਹੁੰਦਾ ਜੇਲ੍ਹ ਚੋਂ ਉਹ 5-6 ਵਜੇ ਜਾਂਦੇ ਆ, 5-6 ਨੂੰ ਰਿਹਾਅ ਕਰਨਾ ਹੁੰਦਾ। ਤੇ ਤੁਸੀਂ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨਾਲ ਵੀ ਆਪਾਂ ਮਾੜਾ ਮੋਟਾ ਕੋਈ ਗੱਲਬਾਤ ਕਰੀਏ? ਨਹੀਂ ਜੀ, ਇਹ ਜਿਹੜੇ ਰਾਬਤਾ ਕਾਇਮ ਕਰਨਾ ਇਹ ਜਥੇਬੰਦੀਆਂ ਨੇ ਕਰਨਾ, ਅਸੀਂ ਪਰਿਵਾਰ ਬੰਨੀ ਨੂੰ ਅਸੀਂ ਕੋਈ ਰਾਬਤਾ ਨਹੀਂ ਕਰਨਾ। ਬਾਈ ਜਾਨ ਲੱਖੇ ਹੋਣਾ ਇਸ ਦਾ ਸਿਰਫ ਇਕੱਲੇ ਪ੍ਰਬੰਧ ਕਰਨਾ। ਤੇ ਟਰੈਕਟਰ ਟਰਾਲੀਆਂ ਜਾ ਰਹੀਆਂ ਨੇ ਕੋਟਦੂਨੇ ਤੋਂ? ਟਰੈਕਟਰ ਟਰਾਲੀਆਂ ਜਾਣਗੀਆਂ ਜੀ, ਤੇ ਸਾਨੂੰ ਇਹ ਮੇਰਾ ਅਸੀਂ ਇੱਕ ਵੱਡਾ ਕੈਂਟਰ ਕਰ ਰਹੇ ਹਾਂ ਜੀ, ਜਿਹਨੂੰ ਬਾਈ ਦੋ ਉੱਪਰ ਖੜਾ ਕੇ ਭਾਨੇ ਨੂੰ ਲੈ ਕੇ ਆਈ, ਤੋ ਸੰਗਤ ਕਾਫੀ ਹੋ ਜਾਣੀ ਆ ਤੇ ਬਾਕੀ ਉਹਦੇ ਵਿੱਚ ਮੇਨ ਜਥੇਬੰਦੀਆਂ। ਤੇ ਜੇ ਕਿਸੇ ਕੋਈ ਇੱਛਾ ਰੱਖਦਾ ਹੈ ਨਾ ਵੀ ਮੈਂ ਵੀ ਬਾਈ ਭਾਨੇ ਸਿੱਧੂ ਜਦੋਂ ਰਿਹਾਈ ਹੋਊਗੀ ਉੱਥੇ ਪਹੁੰਚਾ ਤਾਂ ਉਹ ਕਿਤੇ ਆ ਸਕਦਾ? ਬਿਲਕੁਲ ਆ ਸਕਦਾ ਜੀ, ਅਸੀਂ ਕੱਲ ਨੂੰ ਵੈਸੇ ਜਿਹੜਾ ਟਾਈਮ ਦੇਵਾਂਗੇ ਤਕਰੀਬਨ ਇਹੀ ਰੱਖਿਆ ਜੀ ਵੀ ਟੂਲ ਪਲਾਜੇ ਤੇ ਆਪਾਂ ਇਕੱਠੇ ਹੋਵਾਂਗੇ, ਉੱਥੇ ਸਵਾਗਤ ਕਰਕੇ ਲੈ ਕੇ ਆਵਾਂਗੇ। ਠੀਕ ਹੈ, ਕੋਈ ਹੋਰ ਗੱਲਬਾਤ, ਕੋਈ ਸੁਨੇਹਾ ਲੋਕਾਂ ਵਾਸਤੇ? ਜਿਵੇਂ ਟੋਲ ਪਲਾਜਾ ਬੜਬਰ ਬੋਲੋ ਜੀ, ਟੋਲ ਪਲਾਜਾ ਬੜਬਰ ਹੀ ਹੈ ਜੀ, ਟੋਲ ਪਲਾਜਾ ਬੜਬਰ। ਠੀਕ ਹੈ, ਉੱਥੇ ਇਕੱਠੇ ਆਵਾਂਗੇ, ਉੱਥੋਂ ਹੀ ਆਪਾਂ ਸਵਾਗਤ ਨਾਲ ਘਰੇ ਲੈ ਕੇ ਆਵਾਂਗੇ। ਠੀਕ ਹੈ, ਤੇ ਸ਼ਾਂਤਮਈ ਹੋਊਗਾ? ਬਿਲਕੁਲ ਜੀ, ਬਿਲਕੁਲ ਸ਼ਾਂਤਮਈ। ਮੈਂ ਦੇਖੋ ਆਉਣ ਵਾਲੇ ਸੱਜਣਾਂ ਨੂੰ, ਉਹਦੇ ਚਾਹਣ ਵਾਲਿਆਂ ਨੂੰ, ਉਹਦੇ ਮਿੱਤਰਾਂ ਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਆਓ, ਤੁਹਾਡੇ ਦਿਲ ਦੇ ਮਨ ਦੇ ਬਲਬਲੇ ਨੇ ਜੀ ਸੱਦ ਕੇ ਆਓ ਜੀ ਆਇਆਂ ਨੂੰ, ਪਰ ਆਪਾਂ ਇਹ ਜਿਹੜਾ ਮਾਹੌਲ ਆ ਬਾਰੇ ਸ਼ਾਂਤਮਈ ਢੰਗ ਦੇ ਨਾਲ ਆਉਣਾ। ਠੀਕ ਹੈ, ਠੀਕ ਹੈ ਜੀ, ਠੀਕ ਹੈ ਜੀ। ਤੇ ਦੇਖ ਲਓ ਜੀ ਤੁਸੀਂ ਸਾਰੀ ਤਿਆਰੀ ਚੱਲ ਰਹੀ ਹੈ ਹਨਾ, ਵੀ ਟਰੈਕਟਰ ਵੀ ਤਿਆਰ ਹੈ ਤੇ ਨੰਬਰਦਾਰ ਹੋਰ ਸਾਹਿਬ ਹੋ ਰਹੀ ਸਾਡੇ ਸਾਰੇ 11 ਵਜੇ ਦਾ 11 ਵਜੇ ਨੂੰ ਸੰਗਤ ਪਹੁੰਚੇ ਉੱਥੇ। ਠੀਕ ਹੈ, ਹਾਂ, ਬੜਾ ਬਹੁਤ ਵੱਡਾ ਚਾਹ ਹੈ, ਹਾਂਜੀ, ਵਿਆਹ ਜਿੰਨਾ ਚਾਹ ਹੈ ਲੋਕਾਂ ਵੱਡੀ ਗਿਣਤੀ ਦੇ ਵਿੱਚ, ਲੋਕ ਬਹੁਤ ਵੱਡੀ ਗਿਣਤੀ ਦੇ ਲੋਕ ਸਾਨੂੰ ਫੋਨ ਵੀ ਆਉਂਦੇ ਆ ਬਹੁਤ। ਮੈਂ ਕਹਿੰਦਾ ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਸੜਕਾਂ ਜਾਮ ਨਾ ਹੋ ਜਾਣ, ਐਡਾ ਵੱਡਾ ਇਕੱਠ ਦੇ ਲੋਕ ਸਵਾਗਤ ਨਾਲ ਲੈ ਕੇ ਆਉਣ। ਠੀਕ ਹੈ, ਤੇ ਬਿੱਲੇ ਬਾਈ ਤੁਸੀਂ ਕੁਝ ਕਹਿਣਾ ਚਾਹੋਗੇ? ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੇ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਭਰਾ ਸੱਜਣ, ਦੇਖੋ ਸਭ ਤੋਂ ਵੱਧ ਨੌਜਵਾਨ ਉਪੜਨਗੇ ਕੱਲ ਨੂੰ ਜਦੋਂ ਭਾਨੇ ਸਿੱਧੂ ਦੀ ਰਿਹਾਈ ਆ, ਤੇ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਨਾ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਤੋਂ ਰਾਹ ਚ ਟੱਕਰੂਗੀ, ਤੁਹਾਨੂੰ ਮੰਨ ਕੇ ਚੱਲੋ ਵੀ ਰੱਖਾ ਹੋਊਗੀ, ਵੀ ਹੱਲੜਬਾਜ਼ੀ ਕਰਨ ਲਈ ਮਜਬੂਰ ਕਰੂਗੀ, ਤੇ ਇੱਕ ਹੱਥ ਬੰਨ ਕੇ ਬੇਨਤੀ ਆ ਵੀ ਤੁਸੀਂ ਉਹਨਾਂ ਨਾਲ ਕੋਈ ਬੈਂਸ ਨਹੀਂ ਕਰਨੀ, ਚੁੱਪ ਕਰਕੇ ਸ਼ਾਂਤਮਈ ਨਾਲ ਬੜਬਰ ਟੂਲ ਪਲਾਜੇ ਤੇ ਪਹੁੰਚਿਓ ਤੇ ਬਾਈ ਦਾ ਸਾਥ ਦਿਓ ਤੇ ਸਾਥ ਦਿੰਦੇ ਰਹੋ, ਕਿਉਂਕਿ ਬਾਈ ਹਮੇਸ਼ਾ
ਭਾਨਾ ਸਿੱਧੂ ਪੰਜਾਬ ਲਈ ਲੜਿਆ ਗਾ, ਲੋਕਾਂ ਲਈ ਲੜਿਆ, ਕੋਈ ਉਹਦੇ ਨਿੱਜੀ ਕੰਮ ਨਹੀਂ ਹੈਗਾ। ਮੈਂ ਪਹਿਲਾਂ ਵੀ ਅਕਸਰ ਵੀਡੀਓ ਪਾਈਆਂ ਹੈਗੀਆਂ, ਮੈਂ ਬੋਲਦਾ ਰਿਹਾ ਵੀ ਉਹਦਾ ਬਹੁਤ ਵਧੀਆ ਕੰਮ ਚੱਲਦਾ ਸੀਗਾ, ਵੀਡੀਓ ਸ਼ਾਰਟ ਵੀਡੀਓ ਪਾਉਂਦੇ ਸੀ, ਬਹੁਤ ਵਧੀਆ ਉਹਦਾ ਕੰਮ ਚੱਲਦਾ ਸੀ। ਉਹ ਸਿਰਫ ਸੇਵਾ ਕਰਨ ਲਈ ਆਇਆ ਗਾ ਤੇ ਉਹ ਲੋਕਾਂ ਦੀ ਸੇਵਾ ਕਰ ਰਿਹਾ ਗਾ। ਤੇ ਕੱਲ ਨੂੰ ਸ਼ਾਂਤਮਈ ਨਾਲ ਜ਼ਰੂਰ ਵੜ ਵਰ 11 ਵਜੇ ਟਾਈਮ 11 ਵਜੇ ਦਾ ਜੀ, 11 ਵਜੇ ਮਾਰਨਿੰਗ 11 ਵਜੇ ਤੇ ਪਹੁੰਚਿਓ ਜ਼ਰੂਰ। ਧੰਨਵਾਦ ਜੀ। ਤੇ ਜਥੇਦਾਰ ਸਾਹਿਬ ਇੱਕ ਗੱਲ ਹੋਰ ਕਲੀਅਰ ਕਰ ਦਿਓ ਵੀ ਜਿਹੜਾ ਇਹਨਾਂ ਨੇ ਪਰਚੇ ਪਾਤੇ ਹਨਾ, 17-18 ਬੰਦਿਆਂ ਦੇ ਪਰਚੇ ਇਹਨਾਂ ਨੇ ਪਾਏ ਹੋਏ ਨੇ ਤੇ ਹੋਰ ਕੁਛ ਅਨਨੋਨ ਬੰਦਿਆਂ ਦੇ ਨੇ, ਜੇ ਕੱਲ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਫੇਰ ਉਹਦੇ ਵਾਸਤੇ ਕੋਈ ਅੱਗੇ? ਦੇਖੋ ਜੀ, ਜਥੇਬੰਦੀਆਂ ਪਹਿਲਾਂ ਵੀ ਖੜੀਆਂ ਨੇ, ਬਾਈ ਲੱਖੇ ਵਰਗੀ ਸਾਰੀ ਟੀਮ ਆ ਜਿਹੜੀ ਉਹ ਖੜੀ ਹੈ, ਤੇ ਫੇਰ ਵੀ ਸੱਚ ਦਾ ਸਾਥ ਹੈ ਜਥੇਬੰਦੀਆਂ ਨੇ ਲੋਕਾਂ ਨੇ ਦੇਣਾ, ਬਿਲਕੁਲ ਖੜਨਗੇ ਜੀ। ਠੀਕ ਹੈ ਜੀ, ਹੋਰ ਕੋਈ ਗੱਲਬਾਤ ਤਾਂ ਨਹੀਂ ਰਹੇਗੀ ਕਰਨ ਵਾਲੀ? ਬਿਲਕੁਲ ਜੀ, ਬਸ ਹੁਣ ਤਿਆਰੀਆਂ ਫੁੱਲ ਨੇ, ਕੋਈ ਗੱਲਬਾਤ ਨਹੀਂ ਸਾਨੂੰ ਇਸ ਗੱਲ ਦਾ, ਸਮਾਂ ਤੇ ਟਾਈਮ ਹੈ ਤਕਰੀਬ, ਬਾਕੀ ਬਾਅਦ ਚ ਵੀ ਕਲੀਅਰ ਕਰ ਦਿਆਂਗੇ, ਬਾਕੀ ਸ਼ਾਂਤਮਈ ਨਾਲ। ਸਾਨੂੰ ਉਮੀਦ ਹੈ ਪ੍ਰਸ਼ਾਸਨ ਤੇ